ਨੰਦ ਮਹਾਰਾਜ ਜੀ ਰਾਸ਼ਟਰੀ ਅਧਿਅਕਸ਼ ਗਊ ਸੇਵਾ ਮਿਸ਼ਨ ਜੀ ਦੀ ਅਗਵਾਈ ਦੇ ਅੰਦਰ ਅੱਜ ਪੰਜਾਬ ਦੇ ਵਿੱਚ ਬਹੁਤ ਵੱਡੀ ਇੱਕ ਸਮੱਸਿਆ ਗਊ ਧਨ ਅਤੇ ਪਸ਼ੂ ਧਨ ਦੇ ਉੱਤੇ ਆ ਚੁੱਕੀ ਹੈ। ਮੇਰਾ ਖਿਆਲ ਪੰਜਾਬ ਦੇ ਵਿੱਚ ਗਊ ਧਨ ਅਤੇ ਪਸ਼ੂ ਧਨ ਮਰਨ ਦੀ ਨੌਬਤ ਤੱਕ ਪਹੁੰਚ ਚੁੱਕਿਆ। ਪੰਜਾਬ ਦੇ ਵਿੱਚ 11 ਦੇ ਕਰੀਬ ਸਾਬਣ ਬਣਾਉਣ ਦੀਆਂ ਫੈਕਟਰੀਆਂ ਨੇ ਔਰ 12-13 ਦੇ ਕਰੀਬ ਗੱਤਾ ਬਣਾਉਣ ਵਾਲੀਆਂ, ਪੇਪਰ ਬਣਾਉਣ ਵਾਲੀਆਂ ਰਾ ਮਟੀਰੀਅਲ ਜਿਹੜਾ ਯੂਜ਼ ਕਰਦੀਆਂ ਨੇ, ਕੁਛ ਜਲਾ ਰਹੇ ਨੇ, ਕੁਛ ਉਹਨੂੰ ਰਾ ਮਟੀਰੀਅਲ ਯੂਜ਼ ਕਰ ਰਹੇ ਨੇ। ਅੱਜ ਗਊ ਮਾਤਾ ਵਾਸਤੇ ਚਾਰਾ ਜਿਹੜਾ ਬਿਲਕੁਲ ਨਹੀਂ ਹੈਗਾ, ਕਿਸੇ ਕੀਮਤ 'ਤੇ ਵੀ ਨਹੀਂ ਮਿਲ ਰਿਹਾ। ਪੰਜਾਬ ਦੇ ਵਿੱਚ 512 ਗਊਸ਼ਾਲਾ ਨੇ, ਬਹੁਤ ਸਾਰੀਆਂ ਗਊਸ਼ਾਲਾ 'ਚ ਪਰਮ ਪੂਜਨੀ ਸਵਾਮੀ ਕ੍ਰਿਸ਼ਨਾਨੰਦ ਮਹਾਰਾਜ ਜੀ ਦਾ ਪ੍ਰਵਾਸ ਰਹਿੰਦਾ ਔਰ ਕਈ ਗਊਸ਼ਾਲਾ ਦੀ ਹਰ ਸੰਭਵ ਮਦਦ ਵੀ ਕਰਦੇ ਨੇ। 384,000 ਗਊ ਧਨ ਗਊਸ਼ਾਲਾ ਦੇ ਅੰਦਰ ਆ, 1,10,000 ਦੇ ਕਰੀਬ ਲਵਾਰਸ ਬੇਸਹਾਰਾ ਰੋਡ ਦੇ ਉੱਤੇ ਆ, ਲੱਖਾਂ ਗਊ ਧਨ ਅਤੇ ਲੱਖਾਂ ਪਸ਼ੂ ਧਨ ਜਿਹੜੇ ਸਾਡੇ ਵੀਰ ਡੈਰੀ ਚਲਾਉਂਦੇ ਨੇ, 1576 ਦੇ ਕਰੀਬ ਪੰਜਾਬ ਦੇ ਵਿੱਚ ਡੈਰੀਆਂ ਨੇ। ਉਸ ਤੋਂ ਇਲਾਵਾ ਕਈ ਜਿਹੜੇ ਸਾਡੇ ਛੋਟੇ ਪਰਿਵਾਰ ਨੇ ਜਦੋਂ 4-4 ਗਊ ਧਨ ਅਤੇ ਪਸ਼ੂ ਧਨ ਰੱਖ ਕੇ ਆਪਣਾ ਗੁਜ਼ਾਰਾ ਚਲਾਉਂਦੇ ਨੇ। ਮੈਂ ਸਮਝਣਾ ਜਿਹੜੇ ਡੈਰੀਆਂ ਦਾ ਵੀ ਜਿਹੜਾ ਕੰਮ ਹੈ, ਬਿਜ਼ਨਸ ਹੈ, ਧੰਦਾ, ਉਹ ਸਾਰਾ ਚੌਪਟ ਹੋ ਜਾਏਗਾ ਔਰ ਗਊ ਮਾਤਾ ਜਿਹੜੀ ਹੈ ਗਊਸ਼ਾਲਾ ਦੇ ਅੰਦਰ ਆ ਉਹ ਵੀ ਮਰਨ ਦੀ ਨੌਬਤ ਤੱਕ ਪਹੁੰਚ ਗਈ ਹੈ। ਉਹਦੇ ਉੱਤੇ ਵੀ ਬੜਾ ਸੰਕਟ ਹੈ ਕਿਉਂਕਿ ਪੰਜਾਬ ਦੀਆਂ ਗੱਤਾ ਮਿੱਲਾਂ ਰਾ ਮਟੀਰੀਅਲ ਵਿੱਚ ਯੂਜ਼ ਕਰ ਰਹੀਆਂ ਨੇ। ਮੈਂ ਧੰਨਵਾਦੀ ਹਾਂ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਸਾਹਿਬ ਦਾ, ਜਿਹਨੂੰ ਨਾ ਜਲਾਇਆ ਜਾ ਸਕਦਾ ਨਾ ਰਾ ਮਟੀਰੀਅਲ ਵਰਤਿਆ ਜਾ ਸਕਦਾ। ਕੱਲ੍ਹ ਅਸੀਂ ਮਿਲ ਕੇ ਆਏ ਹਾਂ DC ਨਵਾਂ ਸ਼ਹਿਰ ਨੂੰ, ਉਹ ਵੀ ਅੱਜ ਆਰਡਰ ਕਰ ਦੇਣਗੇ। ਅੱਜ ਅਸੀਂ ਸਵੇਰੇ ਮੀਟਿੰਗ ਕਰਕੇ ਆਏ ਹਾਂ ਉਹਨਾਂ SDM ਨੂੰ, ਵਿਕਾਸ ਸ਼ਰਮਾ ਜੀ, ਉਹਨਾਂ ਨੂੰ ਵੀ ਇਹੋ ਜਿਹੀ ਟੋਲੀ ਦਾ SDM। ਅਸੀਂ ਸਾਰੇ ਪੰਜਾਬ ਦੇ ਵਿੱਚ ਇੱਕ ਪ੍ਰੋਗਰਾਮ ਇਹ ਲਿਖਿਆ ਕਿ 13 ਤਰੀਕ ਨੂੰ ਸਵੇਰੇ 10 ਵਜੇ ਗਊ ਸੇਵਾ ਮਿਸ਼ਨ ਵੱਲੋਂ ਮਹਾਰਾਜ ਜੀ ਪਰਮ ਪੂਜਨੀਏ ਸਵਾਮੀ ਕ੍ਰਿਸ਼ਨਾਨੰਦ ਮਹਾਰਾਜ ਜੀ ਦੇ ਅਹਿਵਾਨ ਦੇ ਉੱਤੇ ਸਾਰੇ ਪੰਜਾਬ ਦੇ ਗਊ ਭਗਤਾਂ ਨੂੰ, ਪੂਜਿਆ ਸੰਤਾਂ ਨੂੰ ਅਤੇ ਡੈਰੀ ਚਲਾਉਣ ਵਾਲੇ ਜਿਹੜੇ ਪ੍ਰਬੰਧਕ ਨੇ, ਅਸੀਂ ਉਹਨਾਂ ਨੂੰ ਬੇਨਤੀ ਕਰਨੀ ਹੈ ਕਿ 10 ਵਜੇ 13 ਤਰੀਕ ਨੂੰ ਰਾਮ ਨਾਮ ਜਪਦੇ ਸ਼ਾਂਤੀਪੂਰਵਕ ਤੁਸੀਂ ਜਾ ਕੇ DC ਨੂੰ ਰੋਸ ਪ੍ਰਦਰਸ਼ਨ, ਅਸੀਂ ਮੈਮੋਰੈਂਡਮ ਜਿਹੜੇ ਮਾਨਣੀਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵਾਸਤੇ ਦੇਣੇ ਨੇ